ਅਟਲ ਜੀ, ਮੈਂ ਇੱਥੇ ਰਾਜੀ ਖੁਸ਼ੀ ਹਾਂ ਅਤੇ ਤੁਹਾਡੀ ਰਾਜੀ ਖੁਸ਼ੀ ਪਰਮਾਤਮਾ ਕੋਲੋਂ ਲੋੜਦਾ ਹਾਂ। ਅੱਗੇ ਸਮਾਚਾਰ ਇਹ ਹੈ ਕਿ ਊਂ ਤਾਂ ਮੈਂ ਕਿਸੇ ਕੋਲੋਂ ਡਰਦਾ ਨਹੀਂ, ਪਰ ਤੁਹਾਡੇ ਮੂਹਰੇ ਆ ਕੇ ਮੇਰੇ ਹੋਸ਼ ਉੱਡ ਜਾਂਦੇ ਨੇ, ਇਸੇ ਲਈ ਚਿੱਠੀ ਲਿਖ ਰਿਹਾ। ਸੱਚ ਆਖਾਂ, ਪਹਿਲੀ ਵਾਰ ਮੈਂ ਤੁਹਾਡਾ ਪਿੱਛਾ ਅਣਜਾਣ ਪੁਣੇ 'ਚ ਕੀਤਾ ਸੀ, ਪਰ ਹੁਣ ਜਾਣ ਪੁੱਛ ਕੇ ਕਰਨ ਨੂੰ ਦਿਲ ਕਰਦਾ। ਪਰ ਕੀ ਕਰਾਂ, ਕਾਲਜ ਵਿੱਚ ਤੁਹਾਡੀ ਬਦਨਾਮੀ ਨਹੀਂ ਕਰਾਉਣਾ ਚਾਹੁੰਦਾ। ਕੀ ਤੁਸੀਂ ਸ਼ਨੀਵਾਰ ਨੂੰ 1 ਵਜੇ ਕਾਲਜ ਦੇ ਪਿੱਛੇ ਵਾਲੇ ਪਾਰਕ 'ਚ ਆ ਸਕਦੇ ਹੋ? ਜੇ ਨਹੀਂ ਵੀ ਆਉਣਾ ਹੋਇਆ ਤਾਂ ਕਿਰਪਾ ਕਰਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਨਾ ਕਰਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। ਅਜੇ ਕਲਾਸ ਨਹੀਂ ਗਏ ਬੇਟਾ? ਆ ਰਹੀ ਹਾਂ ਤੁਹਾਡੇ। ਓਕੇ। ਓਏ ਹੋਏ, ਹੇਮਾ ਮਾਲਨੀ ਦੀ ਚਿੱਠੀ ਧਰਮਿੰਦਰ ਲਈ? ਬਿੱਲੇ ਚਿੱਠੀ ਦੇ। ਉਹ ਦੇਖ ਤਾਂ ਲੈਣ ਦੇ, ਕੀ ਲਿਖਿਆ ਹੁੰਦਾ ਲਵ ਲੈਟਰਾਂ 'ਚ? ਕਿਹਾ ਨਾ ਚਿੱਠੀ ਦੇ, ਨਹੀਂ ਤਾਂ ਕੀ ਕਰੇਗਾ? ਮਾਰੇਗਾ, ਲੜੇਗਾ ਮੇਰੇ ਨਾਲ? ਮਾਰ। ਡਰਦਾ? ਡਰਦਾ, ਮੈਨੂੰ ਤਾਂ ਪਤਾ ਹੀ ਸੀਗਾ ਸਿਰੇ ਦਾ ਡਰਪੋਕ ਆ ਇਹ। ਉਹ ਸਾਡੇ ਤੋਂ ਤਾਂ ਵੱਡੇ ਵੱਡੇ ਡਰ ਜਾਂਦੇ ਆ, ਤੂੰ ਕੀ ਚੀਜ਼ ਆ? ਤੈਨੂੰ ਪਤਾ ਮੈਂ ਕਿਉਂ ਡਰਦਾ? ਮੈਂ ਤੈਨੂੰ ਕੁੱਟੂੰਗਾ, ਤੂੰ ਕੱਲ੍ਹ ਨੂੰ ਫੇਰ ਲਗਾਉਣ ਲੈ ਕੇ ਆਏਗਾ। ਮੈਂ ਫੇਰ ਕੁੱਟੂੰਗਾ, ਤੂੰ ਫੇਰ ਆਏਗਾ। ਬਸ ਮੈਂ ਇਹਨਾਂ ਪੰਗਿਆਂ ਤੋਂ ਹੀ ਡਰਦਾ। ਲੰਗੌੜ ਕਿਹਨੂੰ ਕਿਹਾ ਏ? ਜੇ ਗੱਲ ਆ ਨਾ ਗਾਮਿਆ, ਆ ਚਿੱਠੀ ਤਾਂ ਹੁਣ ਨੋਟਿਸ ਬੋਰਡ 'ਤੇ ਲੱਗੂ। ਹੁਣ ਇਹ ਚਿੱਠੀ ਤੂੰ ਹੀ ਮੈਨੂੰ ਕੱਢ ਕੇ ਫੜਾਏਗਾ। ਕੀ ਕਰ ਲੇਗਾ ਉਹ ਤੂੰ? ਕੀ ਕਰ ਲੇਗਾ? ਛੱਡ ਦੇ ਮੈਨੂੰ,
ਛੱਡ ਦੇ ਅੱਗੇ ਤੋਂ, ਮੈਂ ਅੱਗੇ ਤੋਂ ਤੇਰੇ ਨਾਲ ਪੰਗਾ ਲੈਂਦਾ।